ਆਵਾਜ਼ ਮਾਰੀ ਸਭ ਤੋਂ ਪਹਿਲਾਂ ਆਪਣੀ ਬੇਟੀ ਨੂੰ, ਮਾਨ ਬੇਟਾ ਆ ਜਾ। ਮਾਨ ਕੌਰ ਜਿਹੜੀ ਮੇਰੇ ਕੋਲ 2 ਸਾਲ ਵੱਡੀ ਸੀ, 18 ਔਰ 19 ਸਾਲ ਦੀ ਸੀ, ਔਰ ਬੈਠ ਗਈ। ਮੇਰੇ ਪਿਤਾ ਜੀ ਨੇ ਖੰਡਾ ਕਰਨ ਲੱਗੇ ਅਤੇ ਉਹ ਵਾਰ ਜਿਹੜਾ ਸੀ ਉਹ ਲੱਗਿਆ ਨਾ, ਵਾਰ ਲੱਗਿਆ ਨਾ, ਰੱਬ ਜਾਣੇ ਮੋਹ ਆ ਗਿਆ ਔਰ ਕੀ ਹੋ ਗਿਆ। ਮੇਰੀ ਭੈਣ ਨੇ ਆਪਣੀ ਗੁੱਤੀ ਅੰਗ ਕੀਤੀ ਔਰ ਮੇਰੇ ਪਿਤਾ ਜੀ ਨੇ ਬੜੇ ਗੁੱਸੇ ਨਾਲ ਜਦੋਂ ਦੁਪੱਟਾ ਅੰਗ ਕੀਤਾ ਔਰ ਮੋਰੀ ਕਿਰਪਾਨ ਔਰ ਸਿਰ ਉਹ ਪਰੇ ਸੁੱਟਿਆ। ਦੋਵੇਂ ਚਾਚਾ ਭਤੀਜਾ ਨੇ, ਮੇਰੇ ਇੱਕ ਹੋਰ ਤਾਇਆ ਜੀ ਵੀ ਉੱਪਰ ਸਨ ਜਿਨ੍ਹਾਂ ਦਾ ਕਾਫੀ ਵੱਡਾ ਸਰੀਰ ਸੀ, ਉਹਨਾਂ ਸਾਰਿਆਂ ਨੇ ਕੱਟਣਾ ਸ਼ੁਰੂ ਕੀਤਾ। ਖੱਟ 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 ਦੀ ਆਵਾਜ਼ ਆਮ ਸੀ। ਮੈਂ ਯਕੀਨ ਜਾਣ ਕੇ ਜਾਂਦਾ 60 ਸਾਲ ਮੈਨੂੰ ਅੱਜ ਦੀ ਯਾਦ ਹੈ, ਕਿਸੇ ਨੇ ਹਾਈ ਨਹੀਂ ਕੀਤੀ, ਬਸ ਵਾਹਿਗੁਰੂ ਦੀ ਆਵਾਜ਼ ਆਉਂਦੀ ਰਹੀ ਹੈ। ਕਿਸੇ ਨੇ ਹਾਈ ਨਹੀਂ ਕੀਤੀ, ਕੋਈ ਨੱਸੀ ਨਹੀਂ, ਕਿਸੇ ਨੇ ਰੋਲਾ ਨਹੀਂ ਪਾਇਆ।